ਡੇਲੀ ਡੋਗਰੀ ਖਬਰਾਂ ਵਿੱਚ ਤੁਹਾਡਾ ਸਵਾਗਤ। ਪਹਿਲੇ ਮੁੱਖ ਸਮਾਚਾਰ। ਪਤਨੀਟਾਪ ਦੇ ਘਣੇ ਜੰਗਲਾਂ 'ਚ ਸੁਰੱਖਿਆ ਬਲਾਂ ਦੇ ਆਤੰਕਵਾਦੀਆਂ ਦੇ ਵਿੱਚ ਟਾਕਰਾ, ਇਲਾਕੇ ਦੀ ਘੇਰਾਬੰਦੀ, ਸਰਚ ਆਪਰੇਸ਼ਨ ਜਾਰੀ। ਭਾਜਪਾ ਨੇਤਾ ਸ਼ਾਮ ਚੌਧਰੀ ਹੁੰਦੀ ਤਿਰੰਗਾ ਰੈਲੀ ਨੇ ਅੱਜ 20 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਜੰਮੂ ਸ਼ਹਿਰ ਅੱਜ ਭਾਰਤ ਮਾਤਾ ਦੇ ਜੈਕਾਰੇ ਕੰਨੇ ਗੂੰਜਿਆ ਹੈ। 15 ਅਗਸਤ ਦੇ ਦੋ ਦਿਨ ਪਹਿਲੇ ਹੋਈ ਕਦਮਤਲ, ਫੁੱਲ ਡਰੈਸ ਰਿਹਰਸਲ ਦੇ ਵਿੱਚ ਦੇਸ਼ ਦੇ ਪ੍ਰਤੀ ਜੋਸ਼। 15 ਅਗਸਤ ਥਮਾਂ ਪਹਿਲੇ ਸੁਰੱਖਿਆ ਵਿਵਸਥਾ ਦੇ ਪੁਖਤਾ ਬੰਦੋਬਸਤ, ਜੰਮੂ ਕਸ਼ਮੀਰ ਦੇ ਹਰ ਜ਼ਿਲ੍ਹੇ 'ਚ ਗੱਡੀਆਂ ਦੀ ਚੈਕਿੰਗ ਜਾਰੀ। ਹੁਣ ਖਬਰਾਂ ਵਿਸਤਾਰ ਕਰਨੇ। ਪਤਨੀਟਾਪ 'ਚ ਸੁਰੱਖਿਆ ਬਲਾਂ ਅਤੇ ਆਤੰਕਵਾਦੀਆਂ ਦੇ ਵਿੱਚ ਮੁੱਠਭੇੜ, ਸੁਰੱਖਿਆ ਬਲਾਂ ਆਤੰਕਵਾਦੀਆਂ ਕੰਨੇ ਸੰਪਰਕ ਸਥਾਪਿਤ ਕਰ ਲਿਆ ਹੈ, ਓਪਰੇਸ਼ਨ ਜਾਰੀ ਹੈ। ਸੈਨਾ ਅਤੇ ਪੁਲਿਸ ਮਿਲੀਏ ਇਸ ਅਭਿਆਨ ਉੱਪਰ ਕੰਮ ਕਰਦੀਆਂ ਹਨ। ਹੋਰ ਜਾਣਕਾਰੀ ਕੀ ਬਲਗਿਆ ਜਾ ਕਰਦਾ ਹੈ। ਪੂਰਵ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਅਧਿਅਕਸ਼ ਸ਼ਾਮ ਲਾਲ ਚੌਧਰੀ ਦੀ ਅਗਵਾਈ 'ਚ ਅੱਜ ਆਯੋਜਿਤ ਤਿਰੰਗਾ ਰੈਲੀ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਆਰਐਸਪੁਰਾ ਥਮਾਂ ਜੰਮੂ ਤੱਕ ਕੱਢੀ ਗਈ ਕਰੀਬ 20 ਕਿਲੋਮੀਟਰ ਲੰਬੀ ਇਸ ਤਿਰੰਗਾ ਰੈਲੀ ਕੀ ਦੇਖਦੇ ਹੋਏ ਲੋਕਾਂ 'ਚ ਇੱਕ ਚਰਚਾ ਦਾ ਵਿਸ਼ੇ ਬਣ ਗਿਆ ਹੈ। ਸ਼ਾਮ ਚੌਧਰੀ ਹੁੰਦੀ ਰੈਲੀ ਆਰਐਸਪੁਰਾ ਦੇ ਭਾਜਪਾ ਕਾਰਿਆਲੇ ਥਮਾਂ ਸ਼ੁਰੂ ਹੋਈ ਹੈ, ਜਿਹਦੇ 'ਚ ਸੰਸਦ ਜੁਗਲ ਕਿਸ਼ੋਰ ਸਮੇਤ ਹਜ਼ਾਰਾਂ ਦੀ ਸੰਖਿਆ 'ਚ ਕਾਰਿਆਕਰਤਾ ਸ਼ਾਮਿਲ ਹੋਏ ਨੇ। ਸ਼ਾਮ ਚੌਧਰੀ ਹੋਰੇ ਇਸ ਰੈਲੀ ਦੇ ਵਿੱਚ ਬੁਲਟ ਚਲਾਉਂਦੇ ਹੋਏ ਆਰਐਸਪੁਰਾ ਥਮਾਂ ਜੰਮੂ ਦਾ ਸਫ਼ਰ ਤੈਅ ਕੀਤਾ ਹੈ। ਇਸ ਰੈਲੀ ਦੇ ਵਿੱਚ ਭਾਜਪਾ ਦੇ ਸੰਸਦ ਜੁਗਲ ਕਿਸ਼ੋਰ ਸਹਿਤ ਭਾਜਪਾ ਦੇ ਕਈ ਹੋਰ ਦਿੱਗਜ ਨੇਤਾ ਵੀ ਸ਼ਾਮਿਲ ਹੈ। ਇਹ ਰੈਲੀ ਆਰਐਸਪੁਰਾ ਥਮਾਂ ਸ਼ੁਰੂ ਹੋਈ ਹੈ ਅਤੇ ਜੰਮੂ ਦੇ ਮਾਰਬਲ ਮਾਰਕੀਟ 'ਚ ਆਣੀਏ ਸਮਾਪਤ ਹੋਈ ਹੈ। ਜੰਮੂ ਸੂਬੇ ਦੇ ਕੰਨੇ ਕੰਨੇ ਕਈ ਹੋਰ ਜ਼ਿਲ੍ਹਿਆਂ 'ਚ ਸੁਤੰਤਰ ਦਿਵਸ ਉੱਪਰ ਹੋਣ ਵਾਲੇ ਪ੍ਰਮੁੱਖ ਸਮਾਰੋਹ ਕੀ ਲਈਏ ਅੱਜ ਫੁੱਲ ਡਰੈਸ ਰਿਹਰਸਲ ਕੀਤੀ ਗਈ ਹੈ। ਕਠੂਆ, ਜੰਮੂ ਕਸ਼ਮੀਰ ਦੇ ਤਮਾਮ ਜ਼ਿਲ੍ਹਿਆਂ 'ਚ ਫੁੱਲ ਡਰੈਸ ਰਿਹਰਸਲ ਦਾ ਆਯੋਜਨ ਕੀਤਾ ਗਿਆ ਹੈ। ਜੰਮੂ ਸਮੇਤ ਕਈ ਹੋਰ ਜ਼ਿਲ੍ਹਿਆਂ 'ਚ ਵੀ ਪਰੇਡ ਥਮਾਂ ਲਈਏ ਸੰਸਕ੍ਰਿਤਿਕ ਕਾਰਜਕ੍ਰਮ ਦੀ ਰਿਹਰਸਲ ਕੀਤੀ ਗਈ ਹੈ। ਜੰਮੂ ਦੇ ਮੌਲਾਨਾ ਆਜ਼ਾਦ ਸਟੇਡੀਅਮ 'ਚ ਫੁੱਲ ਡਰੈਸ ਰਿਹਰਸਲ ਕੀਤੀ ਗਈ ਹੈ, ਜਿਹਦੇ 'ਚ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਹੋਰੇ ਪਰੇਡ ਦੀ ਸਲਾਮੀ ਲੈਤੀ ਹੈ। ਸਲਾਮੀ ਮੰਚ ਕੇ ਸਲਾਮੀ ਦਿੱਤੇ ਹੋਏ ਅੱਗੇ ਪਤਾ ਕਰਦਾ ਹੈ ਭਾਰਤ ਕੋ ਨਾ ਹਾਈ ਸੈਕੰਡਰੀ ਸਕੂਲ ਸਾਂਬਾ ਐਨਸੀਸੀ ਕਾਲੇ ਦਸਤਾ ਮੰਚ ਕੇ ਸਾਹਮਣੇ ਕਮਾਂਡ ਕਰ ਰਹੇ ਹੈ ਰਘੁਵੀਰ ਸਿੰਘ। ਰਘੁਵੀਰ ਸਿੰਘ ਕੀ ਕਮਾਂਡ ਮੈਂ ਇਹ ਦਸਤਾ ਮੰਚ ਕੇ ਆਗੇ ਖੜਤਾ ਹੁਆ ਕਹਤੇ ਹੁਏ ਆਨਰੇਰੀ ਕੈਪਟਨ ਗ੍ਰੁਪ ਸਿੰਘ ਮੈਮੋਰੀਅਲ ਗਵਰਨਮੈਂਟ ਗਰਲਸ ਹਾਈ ਸੈਕੰਡਰੀ ਸਕੂਲ ਸਾਂਬਾ ਐਨਸੀਸੀ ਕੀ ਬੱਚੀਓ ਕਾ ਇਹ ਦਸਤਾ ਇਸਕੀ ਕਮਾਂਡ ਕੈਪਟਨ ਗ੍ਰੁਪ ਸਿੰਘ ਮੈਮੋਰੀਅਲ ਗਵਰਨਮੈਂਟ ਗਰਲਸ ਹਾਈ ਸੈਕੰਡਰੀ ਸਕੂਲ ਸਾਂਬਾ ਕਾ ਇਹ ਦਸਤਾ। ਜੰਮੂ ਕਸ਼ਮੀਰ 'ਚ ਸੁਤੰਤਰ ਦਿਵਸ ਦੀਆਂ ਤਿਆਰੀਆਂ ਜ਼ੋਰੇ ਸ਼ੋਰੇ ਉੱਪਰ ਹਨ। 78ਵੇਂ ਸੁਤੰਤਰ ਦਿਵਸ ਥਮਾਂ ਪਹਿਲੇ ਜੰਮੂ ਸ਼੍ਰੀਨਗਰ ਰਾਜਮਾਰਗ ਉੱਪਰ ਗੱਡੀਆਂ ਦੀ ਚੈਕਿੰਗ ਕੀਤੀ ਜਾ ਕਰਦੀ ਹੈ। ਜੰਮੂ ਪੁੰਛ ਨੈਸ਼ਨਲ ਹਾਈਵੇ 'ਚ ਵੀ ਗੱਡੀਆਂ ਦੀ ਜਗ੍ਹਾ ਜਗ੍ਹਾ ਨਾਕਿਆਂ ਉੱਪਰ ਚੈਕਿੰਗ ਜਾਰੀ ਹੈ। ਜੰਮੂ ਕਸ਼ਮੀਰ ਪੁਲਿਸ ਐਕਸ਼ਨ ਮੋਡ 'ਚ ਹੈ। ਆਜ਼ਾਦੀ ਦੇ ਇਸ ਪਰਵ ਕੀ ਖੁਸ਼ੀ ਕੰਨੇ ਬਣਾਉਣ ਲਈ 24 ਘੰਟੇ ਪੁਲਿਸ ਦੇ ਜਵਾਨ ਆਪਣੀ ਆਪਣੀ ਡਿਊਟੀ ਉੱਪਰ ਤੈਨਾਤ ਹਨ।